ਹੈਲੋ। ਹਾਂਜੀ ਸਰ। ਹਾਂਜੀ ਸਰਦਾਰ ਰਣਜੀਤ ਸਿੰਘ ਖਾਲਸਾ। ਜੀ ਸਰ। ਹਾਂਜੀ ਰਣਜੀਤ ਸਿੰਘ ਜੀ, ਮੈਂ ਲਾਈਵ ਪੰਜਾਬ ਨਿਊਜ਼ ਚੈਨਲ ਜਲੰਧਰ ਤੋਂ ਗੱਲ ਕਰਦਾ, ਸੁਰਿੰਦਰ ਕੰਡੀ। ਜੀ ਸਰ। ਤੇ ਅੱਜ ਦੇ ਜਿਹੜੇ ਇੱਥੋਂ ਦੇ ਹਾਲਾਤ ਹੈ, 21 ਤਰੀਕ ਦੇ ਬਾਰਡਰ ਦੇ ਉੱਤੇ ਬੜੀਆਂ ਟੀਵੀ ਤੇ ਖਬਰਾਂ ਚੱਲ ਰਹੀਆਂ ਜੀ, ਜੀ ਅੱਜ ਦੇ ਹਾਲਾਤਾਂ ਬਾਰੇ ਥੋੜੀ ਸਾਨੂੰ ਮੇਰਾ ਵੀ ਜਾਣਕਾਰੀ ਦਿਓ ਵੀ ਕਿੰਨੇ ਕੁ ਵਜੇ ਸਵੇਰੇ ਇਹ ਸਿਸਟਮ ਸ਼ੁਰੂ ਹੋਇਆ ਤੇ ਕਿੱਦਾਂ ਹੁਣ ਕੀ ਹਾਲਾਤ ਹੈ। ਇੱਕ ਮੁੰਡੇ ਦੀ ਕਹਿੰਦੇ ਡੈਥ ਵੀ ਹੋ ਗਈ ਹੈ ਤੇ ਇਹਦੇ ਬਾਰੇ ਥੋੜਾ ਸਾਨੂੰ ਚਾਨਣਾ ਪਾਇਓ ਮੇਰਾ ਵੀ। ਸਰ, ਇੱਦਾਂ ਗੱਲ ਵੀ ਮੈਂ ਚਲੋ ਜ਼ਿਆਦਾ ਤੇ ਨਹੀਂ ਜਾਣਕਾਰੀ ਰੱਖਦਾ, ਪਰ ਹਾਂਜੀ ਇੰਨੀ ਕੁ ਮੈਨੂੰ ਜਾਣਕਾਰੀ ਹੈਗੀ ਆ ਕਿ ਉਹਨਾਂ ਨੇ 9 MM ਦੇ ਜਾਂ 38 ਬੋਰ ਜਾਂ 32 ਬੋਰ ਦੇ ਕੋਈ ਫਾਇਰ ਕੀਤੇ ਆ ਅੱਛਾ ਜੀ ਜਿਹੜੇ ਖਨੌਰੀ ਬਾਰਡਰ ਤੇ, ਜੀ ਤੇ ਜਿਹੜੇ ਕਈ ਮੁੰਡਿਆਂ ਨੂੰ ਲੱਗੇ, ਇੱਕ ਦੇ ਸਿਰ 'ਚ ਲੱਗਿਆ, ਉਹਦੀ ਸ਼ਾਇਦ ਐਟ ਏ ਟਾਈਮ ਡੈਥ ਹੋ ਗਈ। ਡੈਥ ਹੋ ਗਈ ਆ ਸੁਬਹ ਦੀ ਹੈ ਨਾ ਜੀ। ਜੀ, ਇੱਕ ਦੋ ਬੰਦੇ ਹੋਰ ਵੀ ਇੰਜਰੀ ਹੋਏ ਆ, ਬਾਕੀ ਹਾਲਾਤ ਮਾੜੇ ਹੀ ਆ। ਪਰ ਇਹਨਾਂ ਨੂੰ ਇਹ ਨਹੀਂ ਚਾਹੀਦਾ ਕਿ ਫਾਇਰ ਕਰਨ, ਜਿੱਦਾਂ ਜੇ ਮੰਨ ਲਓ ਇਹ ਨਿਹੱਥੇ ਕਿਸਾਨ ਆ, ਕੋਈ ਇਹ ਤੇ ਲੜਨ ਲਈ ਤੇ ਗਏ ਨਹੀਂ ਇਹ, ਜੀ ਨਾ ਕੋਈ ਇਹਨਾਂ ਨੂੰ ਕੋਈ ਮਤਲਬ ਕੋਈ ਪੱਥਰ ਮਾਰ ਰਿਹਾ ਨਾ ਕੁਛ ਕਰ ਰਿਹਾ। ਇਹਨਾਂ ਦੇ ਆਪਣੇ ਹੀ ਬੰਦੇ ਆਏ ਸੀ ਕਿ ਪਹਿਲਾਂ ਇਹਨਾਂ ਪੱਥਰ ਵੀ ਮਰਵਾਏ ਉਹਨਾਂ ਕੋਲ, ਤੇ ਅੱਛਾ ਤਾਂ ਵੀ ਇਹਨਾਂ ਦਾ। ਹਾਂਜੀ, ਪਹਿਲਾਂ ਜਿਸ ਦਿਨ 4-5 ਦਿਨ ਹੋ ਗਏ ਆ, ਅੱਛਾ ਉਸ ਦਿਨ ਇੱਕ ਪੁਲਿਸ ਵਾਲਾ ਖਨੌਰੀ ਬਾਰਡਰ ਤੇ ਫੜਿਆ ਗਿਆ ਸੀਗਾ। ਅੱਛਾ, ਹੈ ਵੀ ਪੰਜਾਬੀ ਬੰਦਾ ਸੀਗਾ ਜਿਹੜਾ ਉਹਨਾਂ ਨੂੰ ਆਪਣੇ ਬੰਦਿਆਂ ਨੂੰ ਉਕਸਾ ਕੇ ਕਹਿੰਦਾ ਵੀ ਪੱਥਰ ਮਾਰੋ, ਤੇ ਆਪ ਵੀ ਮਾਰੇ ਉਹਨੇ, ਬਾਅਦ ਚ ਉਹਨਾਂ ਨੇ ਫੜ ਲਿਆ, ਸਰਸਾ ਸਾਹਿਬ ਨੇ ਫੜ ਲਿਆ ਸੀਗਾ। ਜੀ ਜੀ ਤੇ ਇਹ ਵਿੱਚ ਘੁਸਪੈਠ ਕਰਕੇ ਤੇ ਆਪਾਂ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੇ ਆ, ਬਦਨਾਮ ਕਰਨਾ ਚਾਹੁੰਦੇ ਆ। ਹਾਂਜੀ, ਤੇ ਬਾਕੀ ਇਹ ਆ ਵੀ ਉਹ ਹਾਈਕੋਰਟ ਨੇ ਵੀ ਕਿਹਾ ਇਹ ਗੱਲ ਕਿ ਉਹ ਦਿੱਲੀ ਜਾ ਰਹੇ ਆ, ਤੁਹਾਡਾ ਕੋਈ ਨੁਕਸਾਨ ਨਹੀਂ ਕਰ ਰਹੇ, ਕੋਈ ਕੁਛ ਨਹੀਂ ਕਰ ਰਹੇ, ਇਹਨਾਂ ਤੇ ਐਂ ਬਾਰਡਰ ਬਣਾ ਦਿੱਤਾ ਵੀ ਜਿਵੇਂ ਖਾਲਿਸਤਾਨ ਸਾਡਾ ਬਣਾ ਦਿੱਤਾ ਹੁੰਦਾ ਇਹਨਾਂ ਨੇ। ਸਹੀ ਗੱਲ ਆ, ਜਿੱਦਾਂ ਉਹ ਪਾਕਿਸਤਾਨ ਦੇ ਬਾਰਡਰ ਤੇ ਤਾਰਾਂ ਲਾਈਆਂ, ਇੱਦਾਂ ਤਾਰਾਂ ਲੱਗੀਆਂ ਉੱਥੇ ਵੀ ਇੰਨੀ ਨਹੀਂ ਭਾਜੀ। ਮੈਂ ਬਾਰਡਰ ਤੇ ਅਸੀਂ ਗੱਡੀਆਂ ਲੈ ਕੇ ਜਾਂਦੇ ਰਹੇ ਹਾਂ ਪਹਿਲਾਂ ਜਦੋਂ ਵਪਾਰ ਚੱਲਦਾ ਸੀਗਾ ਪਾਕਿਸਤਾਨ ਨਾਲ, ਜੀ ਉੱਥੇ ਵੀ ਇੰਨੀ ਹੈ ਨੀ ਮਤਲਬ ਧਾਰਬੰਦੀ ਜਾਂ ਘੇਰਾਬੰਦੀ ਲਾ ਲਓ, ਤੇ ਇੱਥੇ ਤਾਂ ਬਹੁਤ ਜ਼ਿਆਦਾ ਕੀਤੀ। ਜਿੱਦਾਂ ਕੋਈ ਕੋਈ ਬਾਹਰੋਂ ਅਟੈਕ ਹੋਣ ਵਾਲਾ ਆ, ਇਹ ਤਾਂ ਗਲਤ ਚੀਜ਼ ਹੈ ਜੀ। ਮਤਲਬ ਉਹੀ ਸ਼ੋ ਕਰਤਾ ਵੀ ਜਿਹੜੇ ਇੱਧਰਲੇ ਲੋਕਾਂ ਨੂੰ ਇਹਨਾਂ ਨੇ ਇੱਕ ਬਾਰਡਰ ਟਾਈਪ ਦੋਨਾਂ ਸਟੇਟਾਂ 'ਚ ਬਾਰਡਰ ਪੈਦਾ ਕਰ ਦਿੱਤਾ ਹੈ ਨਾ, ਖੜਾ ਕਰ ਦਿੱਤਾ। ਹਾਂਜੀ ਹਾਂਜੀ ਹਾਂਜੀ, ਆਊਟ ਆਫ ਕੰਟਰੀ ਸਮਝਣ ਲੱਗ ਗਏ ਵੀ ਇਹਨਾਂ ਨੇ ਬਿਲਕੁਲ ਨਾਤਾ ਤੋੜਤਾ ਇੰਡੀਆ ਨਾਲੋਂ ਸਾਡਾ। ਹਾਂ ਜੀ, ਮੈਂ ਤਾਂ ਇਹੀ ਕਹੂੰਗਾ, ਬਾਕੀ ਹੁਣ ਪਰਮਾਤਮਾ ਜਾਣਦਾ ਕੀ ਬਣਨਾ ਕੀ ਨਹੀਂ, ਇਹ ਤਾਂ ਗਲਤ ਚੀਜ਼ ਹੈ। ਵੈਸੇ ਜੇ ਇੱਕ ਪਾਸੇ ਤਾਂ ਕਹਿੰਦੇ ਵੀ ਤੁਸੀਂ ਖਾਲਿਸਤਾਨੀ ਹੋ ਜਾਂ ਫਲਾਣੇ ਹੋ, ਢੀਂਗੜੇ ਹੋ, ਤੁਸੀਂ ਕੱਲ ਪਰਸੋਂ ਦੀ ਖਬਰ ਸੁਣੀ ਹੋਣੀ, ਕੱਲ ਦੀ ਇੱਕ IPS ਅਫਸਰ ਨੂੰ ਬੰਗਾਲ ਚ ਵੈਸਟ ਬੰਗਾਲ ਚ ਕਹਿ ਰਿਹਾ ਕਿ ਤੂੰ ਖਾਲਿਸਤਾਨੀ ਹੈ, ਦੱਸੋ ਅਸੀਂ ਖਾਲਿਸਤਾਨੀ ਆ। ਤੇ ਇਹਨਾਂ ਨੂੰ ਬੰਦਾ ਪੁੱਛੇ ਵੀ ਤੁਹਾਨੂੰ ਇਹ ਇੰਡੀਆ ਕਿਹਨੇ ਲੈ ਕੇ ਦਿੱਤਾ, ਉਦੋਂ ਤੁਸੀਂ ਕਿੱਥੇ ਮਰੇ ਸੀਗੇ, ਉਦੋਂ ਤੁਹਾਡੀ ਕੋਈ ਜ਼ਰੂਰਤ ਨੀ ਪਈ ਵੀ ਅਸੀਂ ਅੱਗੇ ਹੋ ਕੇ ਲੜੀਏ। 90%, 92% ਜਿਹੜੀਆਂ ਸ਼ਹੀਦੀਆਂ ਆ ਉਹ ਸਿੱਖਾਂ ਦੀਆਂ ਆ, ਪੰਜਾਬੀਆਂ ਦੀ ਵੀ ਨੀ ਕਹੂੰਗਾ, ਮੈਂ ਸਿੱਖਾਂ ਨੀ ਕਹੂੰਗਾ। ਹਾਂਜੀ, ਤੇ ਫਿਰ ਅੱਜ ਖਾਲਿਸਤਾਨੀ ਕਹਿ ਰਹੇ ਸਾਨੂੰ, ਕਿੰਨਾ ਗਲਤ ਹੈ ਜੀ। ਤੇ ਅੱਛਾ, ਤੁਹਾਡੀ ਕਿੱਦਾਂ ਸਿਹਤ, ਤੁਹਾਡੇ ਠੀਕ ਆ? ਕੁਝ ਜ਼ਿਲ੍ਹੇ ਇਹ ਹੰਝੂ ਗੈਸ ਇਹਨਾਂ ਨੇ ਚਲਾਉਣੀ ਸ਼ੁਰੂ ਕੀਤੀ ਹੈ, ਕਿੰਨੇ ਕੁ ਵਜੇ ਸ਼ੁਰੂ ਕਰਤੀ ਜੀ? ਸਰ, ਇਹਨਾਂ ਨੇ 10:30 ਵਜੇ ਹੀ ਇਹਨਾਂ ਨੇ ਪਹਿਲਾਂ ਜਿਹੜੇ ਅਥਰੂ ਗੈਸ ਵਾਲੇ ਗੋਲੇ ਛੱਡਣੇ ਸ਼ੁਰੂ ਕਰਤੇ ਸੀਗੇ, ਜਦਕਿ ਉਸ ਟਾਈਮ ਕੋਈ ਹਰਕਤ ਵੀ ਨਹੀਂ ਹੈਗੀ ਸੀ। ਕਿਸਾਨ ਆਪਣੀ ਮੀਟਿੰਗ ਕਰ ਰਹੇ ਆ ਜਾਂ ਆਪਣੀ ਗੱਲਬਾਤ ਕਰ ਰਹੇ ਆ, ਤੇ ਜਾਂ ਤਿਆਰੀ ਕਰ ਰਹੇ ਸੀਗੇ, ਤੇ ਇਹਨਾਂ ਨੇ ਅਚਾਨਕ ਹੀ ਇਹ ਅਥਰੂ ਗੈਸ ਛੱਡਣੇ ਸ਼ੁਰੂ ਕਰਤੇ ਜੀ। ਇਹ ਬਾਰਡਰ ਵੱਲ ਆ ਰਹੇ ਸੀ ਕੁਛ ਬੰਦੇ, ਤੇ ਜਦ ਤੱਕ ਗਿਆ ਵੀ ਕੋਈ ਨਹੀਂ ਆ ਜੀ ਜੀ ਤੇ ਇਹ ਆਪਣੇ ਲੋਕਾਂ ਦਾ ਤੁਹਾਡੇ ਹਿਸਾਬ ਨਾਲ ਕਿੰਨਿਆਂ ਕੁ
ਕਿਸਾਨਾਂ ਦਾ ਨੁਕਸਾਨ ਹੋਇਆ, ਇੱਕ ਦੀ ਤਾਂ ਡੈਥ ਹੋ ਗਈ ਹੈ ਨਾ। ਹਾਂਜੀ ਹਾਂਜੀ, ਨੁਕਸਾਨ ਤੇ ਸਰ ਜਿਹੜੇ ਫੱਟੜ ਫੁੱਟੜ ਹੋਏ ਜ਼ਖਮੀ ਹੋਏ ਕਾਫੀ ਕਿਸਾਨ ਹੋਏ ਆ, ਘੱਟ ਤੋਂ ਘੱਟ 50 ਬੰਦੇ ਦੇ ਹੋ ਗਏ ਹੋਣੇ ਇੱਥੇ। ਹੋ ਗਏ ਇੰਨੇ? ਤੇ ਹੁਣ ਜਿਹੜੀ ਹੁਣ ਇਸ ਵੇਲੇ ਮੀਟਿੰਗ ਕੋਈ ਚੱਲ ਰਹੀ ਹੈ ਕਿ ਜਾਂ ਇਸ ਵੇਲੇ ਵੀ ਏਦਾਂ ਹੀ ਚੱਲ ਰਿਹਾ ਹਜੇ ਗੈਸ ਵਾਲਾ ਸਿਸਟਮ, ਹੰਝੂ ਗੈਸ ਦਾ? ਸਰ ਮੀਟਿੰਗ ਵੀ ਚੱਲ ਰਹੀ ਚੰਡੀਗੜ੍ਹ 'ਚ, ਅਤੇ ਇਹ ਉੱਦਾਂ ਵੀ ਕਰ ਵੀ ਰਹੇ, ਗੈਸ ਵੀ ਛੱਡੀ ਜਾ ਰਹੇ, ਇਹਨਾਂ ਦੀ ਸਮਝ ਨਹੀਂ ਆਉਂਦੀ ਵੀ ਇੱਕ ਕਦੇ ਤਾਂ ਖੇਤਾਂ ਵਿੱਚ ਜਿਹੜੇ ਕੋਈ ਬੰਦਾ ਕੋਈ ਕੰਮ ਕੁੰਮ ਕਰਦਾ ਉਹਨੂੰ ਵੀ ਫੜੀ ਜਾਂਦੇ ਆ। ਇਹਨਾਂ ਦੇ ਅੱਛਾ ਮੁੰਡੇ ਵੀ 4-5 ਚੱਕ ਲਏ ਉੱਥੋਂ ਨਾ ਪੰਜਾਬ 'ਚ ਆ ਕੇ, ਖਨੌਰੀ ਬਾਰਡਰ ਤੋਂ, ਸੋਰੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ। ਅੱਛਾ ਅੱਛਾ ਚਾਰ ਪੰਜ ਅੱਛਾ ਬੰਦੇ, ਹਾਂਜੀ 4-5 ਮੁੰਡੇ ਚੱਕ ਕੇ ਲੈ ਗਏ ਹਰਿਆਣਾ ਪੁਲਿਸ ਵਾਲੇ। ਅੱਛਾ, ਹਰਿਆਣਾ ਪੁਲਿਸ ਵਾਲੇ ਇੱਧਰੋਂ ਆ ਕੇ ਦੂਜੇ ਪਾਸਿਓਂ ਹਾਂਜੀ ਖਨੌਰੀ ਬਾਰਡਰ ਵੱਲੋਂ ਇੱਧਰੋਂ ਵੀ ਬੰਦਿਆਂ ਨੂੰ ਚੱਕ ਕੇ ਲੈ ਗਏ, ਹੈ ਨਾ? ਹਾਂਜੀ, ਹਰਿਆਣੇ 'ਚ ਲੈ ਗਏ ਆ। ਤੇ ਆਪਣੇ ਕੋਈ ਜਿਹੜੇ ਸਟੇਟ ਦੇ ਸੀਐਮ ਹੈ, ਕੋਈ ਇਹਨਾਂ ਦੀ ਕੋਈ ਸਟੇਟਮੈਂਟ ਨਹੀਂ ਉੱਥੇ ਪਹੁੰਚੀ ਵੀ ਅਸੀਂ ਨਹੀਂ ਇੱਦਾਂ? ਸਰ ਇਹਨਾਂ ਨੇ ਕੋਈ ਸਟੇਟਮੈਂਟ ਨਹੀਂ, ਉਲਟਾ ਪੁਲਿਸ ਵਾਲਿਆਂ ਨੇ ਰਾਤ ਕੀ ਕੀਤਾ ਆ, ਕੱਲ ਜਿਹੜੇ ਬੰਦੇ ਜੀ ਪਾਈਪਲਾਈਨ ਵਗੈਰਾ ਲੈ ਕੇ ਜਾ ਰਹੇ ਸੀ ਨਾ ਬਾਰਡਰ ਤੇ, ਜੀ ਉਹਨਾਂ ਨੂੰ ਵੀ ਰਸਤੇ 'ਚ ਰੋਕਿਆ, ਔਰ ਟਿੱਪਰ ਮਿੱਟੀ ਦੇ ਭਰੇ ਹੋਏ ਸੀਗੇ ਟਰੱਕ, ਜੀ ਉਹਨਾਂ ਨੂੰ ਵੀ ਰੋਕਿਆ ਆ, ਅੱਛਾ ਜਾਣ ਨਹੀਂ ਦਿੱਤਾ। ਰਾਤ ਝਗੜਾ ਵੀ ਹੋਇਆ ਇਹਨਾਂ ਦਾ, ਮਤਲਬ ਬਾਹਵਾ ਸਖਤੀ ਕੀਤੀ ਇਹਨਾਂ ਨੇ ਇੱਥੇ, ਆਪਣੇ ਨਾਕਾ ਲਾਇਆ ਸੀਗਾ ਸਰਹੰਦ ਦੇ ਨੇੜੇ। ਅੱਛਾ, ਪੰਜਾਬ ਪੰਜਾਬ ਪੁਲਿਸ ਨੇ, ਪੰਜਾਬ ਪੁਲਿਸ ਨੇ ਜੀ, ਮਤਲਬ ਆਪਣੀ ਸਟੇਟ ਦੇ ਜਿਹੜੀ ਪੁਲਿਸ ਆ ਉਹ ਵੀ ਰੋਕ ਰਹੀ ਆ ਉਧਰ ਜਾਣ ਤੋਂ, ਹੈ ਨਾ? ਕਿਉਂ ਰੋਕ ਰਹੀ ਹੈ ਜੀ? ਉਹਨਾਂ ਦੇ ਕਹਿੰਦੇ DGP ਨੇ, ਹਰਿਆਣੇ ਦੇ ਨੇ ਚਿੱਠੀ ਲਿਖੀ ਆ DGP ਨੂੰ ਆਪਣੇ ਪੰਜਾਬ ਦੇ ਜੀ, ਕਿ ਇਹਨਾਂ ਨੂੰ ਤੁਸੀਂ ਕਿਉਂ ਆਣ ਦੇ ਰਹੇ ਜੇ ਵੀ ਬਾਰਡਰ ਤੇ। ਅੱਛਾ, ਇਹਦਾ ਮਤਲਬ ਸਾਨੂੰ ਪੰਜਾਬ 'ਚ ਵੀ ਘੁੰਮਣ ਤੇ ਪਾਬੰਦੀ ਹੈ ਦੇਖੋ। ਆਹੋ, ਉਹ ਤੇ ਪੰਜਾਬ 'ਚ ਤੁਸੀਂ ਫਿਲਹਾਲ ਤੇ ਹਜੇ ਪੰਜਾਬ 'ਚ ਹੀ ਹੋ। ਹਾਂਜੀ ਹਾਂਜੀ, ਉਹੀ ਗੱਲ ਹੈ। ਤੇ ਜਿਹੜੇ ਜਿੱਦਾਂ ਉਹ ਜਿਹੜੇ ਕਿਸਾਨ ਲੀਡਰ ਆਗੂ ਹੀ ਗਏ ਸਵੇਰੇ TV 'ਚ ਦੱਸ ਰਹੇ ਵੀ ਉਹ ਸਭ ਤੋਂ ਅੱਗੇ ਜਾ ਰਹੇ, ਨੌਜਵਾਨ ਮੁੰਡੇ ਪਿੱਛੇ ਹੀ, ਤੇ ਨੌਜਵਾਨਾਂ ਮੁੰਡਿਆਂ ਨੂੰ ਹੁਣ ਸੰਭਲਣਾ ਬੜਾ ਔਖਾ ਹੋਇਆ ਆਉਣਾ ਵੀ ਉਹ ਚੀਜ਼ ਦੇ ਤਾਂ ਧੱਕਾ ਕਰਦੇ ਆ, ਤੇ ਨੌਜਵਾਨ ਜਿਹੜਾ ਬਲੱਡ ਸਿਸਟਮ ਹੈ ਥੋੜਾ ਫਿਰ ਗਰਮ ਹੁੰਦਾ ਜੀ, ਗਰਮ ਹੁੰਦਾ। ਤੇ ਮੁੰਡਿਆਂ ਦੇ ਵੀ ਕਿੱਦਾਂ ਦੇ ਹਾਲਾਤ ਰਹੇ ਜੀ? ਵੇਖੋ ਜੀ, ਆਪਣੇ ਜਿਹੜੇ ਬੰਦੇ ਉਹਨਾਂ ਦਾ ਕੰਟਰੋਲ, ਚਲੋ ਮਾਲਕ ਦੀ ਕਿਰਪਾ ਨਾਲ ਬਹੁਤ ਆ ਜੀ, ਕਿਸਾਨਾਂ ਦਾ ਕੰਟਰੋਲ ਬਹੁਤ ਆ, ਪਰ ਇਹ ਆ ਵੀ ਇਹਦੇ ਚ ਇਹਨਾਂ ਨੇ ਕੀ ਕੀਤਾ ਹੋਇਆ ਵੀ ਜਿਹੜੇ ਵਿੱਚ ਘੁਸਪੈਠ ਵਾਲੇ ਆ ਨਾ ਬੰਦੇ ਜੀ, ਉਹ ਕਰ ਰਹੇ ਆ ਗੜਬੜ ਕਰ ਰਹੇ ਆ, ਉਹ ਜਬਰਦਸਤੀ ਜਾ ਕੇ ਕੋਈ ਪੱਥਰ ਮਾਰ ਆਉਂਦਾ ਕੋਈ, ਜਾਂ ਉਦਾਂ ਉਹਦੇ ਵੱਲ ਨਿਕਲ ਜਾਂਦਾ ਬਾਰਡਰ ਵੱਲ ਨੂੰ। ਕਿਸਾਨ ਡੱਲੇਵਾਲ ਸਾਹਿਬ ਤੇ ਪੰਡੇਰ ਸਾਹਿਬ ਨੇ ਕਿਹਾ ਵੀ ਤੁਸੀਂ ਉੱਧਰ ਨਹੀਂ ਜਾਣਾ ਹਜੇ ਜਿੰਨਾ ਚਿਰ ਆਪਣੀ ਮੀਟਿੰਗ ਚੱਲਦੀ ਆ, ਜਾਂ ਕੋਈ ਵੀ ਤੁਹਾਨੂੰ ਜਿੰਨਾ ਚਿਰ ਆਰਡਰ ਨਹੀਂ ਦਿੰਦੇ ਉਨਾ ਚਿਰ ਕੋਈ ਹਰਕਤ ਨਹੀਂ ਕਰ, ਨਹੀਂ ਹਰਕਤ ਕਰਨੀ। ਮੈਂ ਉਹ 8 ਵਜੇ TV 'ਚ ਅਨਾਊਂਸਮੈਂਟ ਕਰ ਰਹੇ ਸੀ, ਸੁਣੇ ਸੀ ਆਪਾਂ ਵੀ ਜੀ 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 ਤੇ ਚਲੋ ਨੁਕਸਾਨ ਵੀ ਕਾਫੀ ਹੋ ਗਿਆ। ਤੁਹਾਡੀ ਸਿਹਤ ਕਿੱਦਾਂ ਜੀ? ਕੋਈ ਤੁਹਾਡੇ ਤੇ ਨੀ ਕੋਈ ਆਈ ਸੱਟ ਚੋਟ ਕੋਈ? ਨਹੀਂ ਸਰ, ਨਹੀਂ, ਅਸੀਂ ਠੀਕ ਠਾਕ ਹਾਂ ਜੀ। ਸਾਡੇ ਆਪ ਜਿਹੜੇ ਤੁਹਾਡਾ ਗਰੁੱਪ ਹੈ ਗੁਰਦਾਸਪੁਰ ਜ਼ਿਲ੍ਹੇ ਦਾ, ਸਾਰਾ ਸੁੱਖ ਸ਼ਾਂਤੀ ਆ ਸਾਰੇ? ਜੀ ਜੀ ਜੀ, ਠੀਕ ਹੈ ਠੀਕ ਹੈ। ਬਹੁਤ ਬਹੁਤ ਮੇਰਾ ਵੀਰ ਧੰਨਵਾਦ, ਤੁਸੀਂ ਤਾਜ਼ੀ ਇਨਫੋਰਮੇਸ਼ਨ ਜਿਹੜੀ ਪੰਜਾਬ ਦੇ ਲੋਕਾਂ ਨਾਲ ਤੇ ਦੇਸਾਂ ਵਿਦੇਸਾਂ 'ਚ ਬੈਠਿਆਂ ਵੀਰਾਂ ਨਾਲ ਸਾਂਝੀ ਕੀਤੀ ਹੈ, ਤੇ ਜਿਹੜੇ ਹੁਣ ਦੇ ਹਾਲਾਤਾਂ ਬਾਰੇ ਦੱਸਿਆ, ਤੇ ਲਾਈਵ ਪੰਜਾਬ ਨਿਊਜ਼ ਵੱਲੋਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ। ਤੇ ਰਣਜੀਤ ਸਿੰਘ ਜੀ, ਕੋਈ ਹੋਰ ਤਾਂ ਨਹੀਂ ਕਹਿਣਾ ਚਾਹੁੰਦੇ ਕੁਛ? ਨਹੀਂ ਸਰ, ਥੈਂਕ ਯੂ, ਧੰਨਵਾਦ ਜੀ ਵੀਰ ਜੀ, ਧੰਨਵਾਦ ਜੀ। ਓਕੇ।